ਨਵੀਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਲੋਹੀਆਂ ਖਾਸ ਜਾਣ ਵਾਲੀ ਸਰਬੱਤ ਦਾ ਭਲਾ ਇੰਟਰਸਿਟੀ ਟ੍ਰੇਨ ਹੁਣ ਲਹਿਰਾ ਗਾਗਾ ਰੇਲਵੇ ਸਟੇਸ਼ਨ ਤੇ ਵੀ ਰੁਕੇਗੀ, ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ ਹੈ। ਦੱਸ ਦਈਏ ਕਿ ਲੋਕਾਂ ਦੀ ਮੰਗ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਰੇਲ ਮੰਤਰੀ ਪਿਊਸ਼ ਗੋਇਲ ਨੂੰ ਇਸ ਟ੍ਰੇਨ ਦੇ ਠਹਿਰਾਓ ਲਈ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਦੇ ਆਧਾਰ ਤੇ ਟ੍ਰੇਨ ਦਾ ਠਹਿਰਾਓ ਅਗਲੇ 6 ਮਹੀਨਿਆਂ ਤੱਕ ਕੀਤਾ ਗਿਆ। 27 ਦਸੰਬਰ 2019 ਸੇ ਲਹਿਰਾ ਗਾਗਾ ਸਟੇਸ਼ਨ ਪਰ 22,480 ਔਰ 22,479 ਨਈ ਦਿੱਲੀ ਲੋਹੀਆਂ ਖਾਸ ਇੰਟਰਸਿਟੀ ਐਕਸਪ੍ਰੈਸ ਕਾ ਠਹਿਰਾਓ ਹੋਣੇ ਜਾ ਰਹਾ ਹੈ। ਇਹ ਠਹਿਰਾਓ 6 ਮਹੀਨੇ ਕੇ ਪ੍ਰਾਯੋਗਿਕ ਤੌਰ ਕੇ ਉੱਪਰ ਹੈ ਕਿ ਅਗਰ ਇਸਕੇ ਉੱਪਰ ਰੇਲਵੇ ਕੋ ਪ੍ਰਯਾਪਤ ਸੰਖਿਆ ਮੇਂ ਯਾਤਰੀ ਮਿਲੇ ਤੋ ਇਸ ਸਟੋਪੇਜ ਕੋ ਲਗਾਤਾਰ ਰੱਖਾ ਜਾਏਗਾ। ਇਹ ਇੱਕ ਬਹੁਤ ਬੜੀ ਸੁਵਿਧਾ ਹੈ ਜੋ ਕਿ ਇਹ ਯਹਾਂ ਕੇ ਯਾਤਰੀਓਂ ਕੋ ਲੋਹੀਆਂ ਖਾਸ ਸੇ ਔਰ ਨਈ ਦਿੱਲੀ ਸੇ ਜੋੜੇਗੀ। ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੀ ਪਿਊਸ਼ ਗੋਇਲ ਜੀ ਦਾ, ਜੋ ਰੇਲਵੇ ਮਿਨਿਸਟਰ ਨੇ, ਜਿਨ੍ਹਾਂ ਨੇ ਸਾਡੇ ਇਲਾਕੇ ਦੀ ਇੱਕ ਮੰਗ ਮੰਨ ਕੇ ਅਤੇ ਇਹ ਸਰਬੱਤ ਦਾ ਭਲਾ ਜਿਹੜੀ ਟ੍ਰੇਨ ਹੈ ਇਹ ਸੂਟ ਕਰਦੀ ਹੈ। ਮੈਨੂੰ ਮੰਡੀ ਵਾਲੇ ਸੱਜਣ ਮਿਲੇ ਆ ਕੇ, ਉਹਨਾਂ ਨੇ ਕਿਹਾ ਜੀ ਸਾਰੀਆਂ ਗੱਡੀਆਂ ਨਹੀਂ ਖੜ ਸਕਦੀਆਂ, ਤੁਸੀਂ ਇਹ ਗੱਡੀ ਖੜਾ ਦਿਓ, ਸਾਰੀ ਕੰਮ ਸਾਡੇ ਮੁੱਕ ਜਾਂਦੇ ਨੇ। ਉਹਨਾਂ ਨੇ ਉਹਦੀ ਮਨਜ਼ੂਰ ਕਰ ਦਿੱਤੀ। ਉੱਥੇ ਇਸ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਦਿੱਲੀ ਤੋਂ ਆਉਣ ਜਾਣ ਵਾਲੇ ਵਪਾਰੀਆਂ ਨੂੰ ਇਸ ਗੱਡੀ ਦਾ ਬਹੁਤ ਲਾਭ ਮਿਲੇਗਾ। ਇਹ ਜਿਹੜੀ ਟ੍ਰੇਨ ਹੈ ਜਿਹੜਾ 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ, ਇਹ ਬਹੁਤ ਹੀ ਮਹੱਤਵਪੂਰਨ ਫੈਸਲਾ ਹੈ ਸਰਦਾਰ ਢੀਂਡਸਾ ਸਾਹਿਬ ਦਾ, ਕਿਉਂਕਿ ਜਿਹੜੇ ਲੋਕ ਸੁਲਤਾਨਪੁਰ ਲੋਧੀ ਜਾਂ ਕਰਤਾਰਪੁਰ ਸਾਹਿਬ ਜਾਂਦੇ ਸੀ ਉਹਨਾਂ ਨੂੰ ਬੜੇ ਗੇੜੇ ਕੱਟਣੇ ਪੈਂਦੇ, ਕਦੇ ਕਿਸੇ ਪਾਸੋਂ ਕਦੇ ਕਿਸੇ ਪਾਸੋਂ ਹੁੰਦੀ। ਇਹ ਟ੍ਰੇਨ ਹੈ ਜਿਹੜੀ ਸਿੱਧੀ ਉੱਥੇ ਜਾਊਗੀ, ਇਹ ਇਲਾਕਾ ਨਿਵਾਸੀਆਂ ਨੂੰ, ਸ਼ਹਿਰ ਨਿਵਾਸੀਆਂ ਨੂੰ ਬਹੁਤ ਹੀ ਜ਼ਿਆਦਾ ਇਹਦਾ ਬੈਨੀਫਿਟ ਹੈ। ਇਹ ਟ੍ਰੇਨ ਜੀ ਪਹਿਲਾਂ ਆਪਣਾ ਸ਼ਤਾਬਦੀ ਚੱਲਿਆ ਕਰਦੀ ਸੀ ਦਿੱਲੀ ਟੂ ਲੁਧਿਆਣਾ, ਜਿਹਦਾ ਕਿ ਸਟੋਪੇਜ ਇਕੱਲਾ ਸੰਗਰੂਰ ਹੁੰਦਾ ਸੀ ਅਤੇ ਉਹਦਾ ਕੋਈ ਯਾਤਰੀਆਂ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋ ਰਿਹਾ ਸੀ ਕਿਉਂਕਿ ਟਿਕਟ ਬੜੀ ਮਹਿੰਗੀ ਸੀ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਇਸ ਗੱਡੀ ਦੀ ਮੰਗ ਨੂੰ ਪੂਰਾ ਕਰਨ ਲਈ ਸੁਖਦੇਵ ਸਿੰਘ ਢੀਂਡਸਾ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦਾ ਧੰਨਵਾਦ ਕੀਤਾ। ਲਹਿਰਾ ਗਾਗਾ ਤੋਂ ਗਗਨਦੀਪ ਸਿੰਘ, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ? ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।